घर के अंदर दाखिल होकर पूरे दे पूरे टब्बर की जान लैण के मामले लगातार सामने आ रहे हैं। इहो जिही होर खबर आ रही है जिथे घर दे विच मौजूद तीन जाने सी अते तिना दे उपर तेजधार हथियारां दे नाल हमला किया गया जिस दे विच उहनां दी जान भी लई गई है। दस दिए कि घर दे विच मौजूद माँ धी की जान ली गई है जदों की जवाई का वह हल कर दिता गया जो कि अखी देखा नहीं जाता। पिंड दे विच अजिही वारदात होने तो बाद जो लोग इकट्ठे होंगे ने तो किसी नूं यकीन नहीं हुंदा कि उन्हां दे नाल दे ही घर दे विच यह सब कुछ वापर गया। खबर बरनाला तो सामने आ रही है जिथे कि नेड़ले पिंड सेखा दे विच बीती रात नूं माँ ते धी की जान ली गई है जदों की जवाई नूं गंभीर रूप दे नाल जख्मी कर दिता गया पर फिलहाल वह खतरे तो बाहर दस्या जा रहा है। उसे दे ही बयान पुलिस दे वल्लों लए गए ने ते अगली जांच पड़ताल भी शुरू हो चुकी है। जानकारी मुताबक थाना सदर दे अधीन पैंदे पिंड सेखा दे विच अणपछाते व्यक्तियां ने घर दे विच दाखल होके माँ ते धी की जान ली अते जवाई नूं जख्मी कर दिता। जानकारी के अनुसार बुजुर्ग औरत हरबंस कौर अपनी लड़की परमजीत कौर अते जवाई राजदीप सिंह दे नाल सेखा विखे रहिंदी सी। उसने राजदीप सिंह नूं अपना घर जवाई रख्या होया सी। ਅਸੀਂ 11 ਵਜੇ ਪਸਾਬ ਕਰਕੇ ਮੈਂ ਨਾ ਸਵਾ ਕੁ ਇੱਕ ਦਾ ਟਾਈਮ ਸੀਗਾ ਸ਼ੀਸ਼ਾ ਖੋਲ੍ਹ ਕੇ ਮੰਮੀ ਨੂੰ ਪੈਣ ਲੱਗੇ ਨਾ ਲੋਕ ਦੋ ਬੰਦੇ ਹੀ ਬੈਠਾ ਫਿਰ ਮੰਮੀ ਨੂੰ ਪਤਾ ਲੱਗਾ ਕਿ ਲੱਗੇ ਮੋਤਰ ਹੋ ਗਏ ਇਹ ਤਾਂ ਬਸ 8 ਜਣੇ ਆ ਅੱਠੀ ਅੱਠਾਂ 'ਚ ਫਿਰ ਮੇਰਾ ਉੱਧਰੋਂ ਮਾੜੇ ਨੂੰ ਪੈ ਗਏ ਫਿਰ ਮਾੜੇ ਕੱਲੀ ਹੋ ਗਿਆ ਭੱਜ ਕੇ ਕਿਤੇ ਉਹਦੇ ਕੱਲੀ ਹੋ ਗਿਆ ਕਿਤੇ ਮਾੜੇ ਚੀਕਾਂ ਮਾਰੇ ਹਾਂ ਇਹਦੀ ਬੀਪੀ ਆ ਜਾ ਇਹ ਰਾਜਦੀਪ ਆ ਜਾ ਮੈਂ ਕਰਦਾ ਸੀ ਯਾਰ 8 ਵਜੇ ਸੀ 8-8 ਮਿੰਟ ਦਾ ਹਿਸਾਬ ਦਾ ਖਬਰਾਂ ਨਾਲ ਮੇਰੇ ਸਾਡਾ ਅਤੇ ਮੇਰੇ ਸਾਡੇ ਘਰ ਦੇ ਰਹੀ ਵਾਰੀ ਮੇਰੇ ਹੀ ਵਾਰੀਆਂ ਕਹਿੰਦੇ ਵੀ ਗੁਪਤ ਕਮਰਾ ਕਿੱਥੇ ਹੈਗਾ ਪਹਿਲਾਂ ਤਾਂ ਸ਼ੀਸ਼ਾ ਲਾ ਲਿਆ ਪਰਲੇ ਕਮਰੇ ਉਹਦੇ ਵਿੱਚੋਂ ਬਈ ਸ਼ੀਸ਼ੇ 'ਚ ਕੁਛ ਨਹੀਂ ਲਿਖ ਲਿਆ ਉਹਦਾ ਕਾਰਡ ਕੱਢਿਆ ਸੀਗਾ ਮੈਂ ਲੈ ਵੀ ਹੁਣ ਨਹੀਂ ਛੱਡਦੇ ਹੁਣ ਤਾਂ ਇਹਨਾਂ ਨੂੰ ਦੇਣੇ ਹੀ ਸਾਰਾ ਇੱਕ ਤਾਂ ਕੜਾ ਸੀਗਾ ਅਤੇ 2 ਸਾਕਾਂ ਸੀ ਬਈ ਉੱਥੋਂ ਲੈ ਕੇ ਆਇਆ ਸੀਗਾ ਜਿਹੜਾ ਆਪਾਂ ਸ਼ੇਰਪੁਰ ਸਾਹਮਣੇ ਗੁਰਦੁਆਰਾ ਉਸ ਲਿਆ ਘਰੇ ਆਪਣੇ ਉਹ ਹੀ ਪਿਆ ਘਟਨਾ ਬਹੁਤ ਭਾਈ ਦੁਖਦਾਈ ਹੋਇਆ ਅਣਕਿਆਸੀ ਘਟਨਾ ਬਹੁਤ ਦੁਖਦਾਈ ਹੈ ਮੇਰਾ ਉਦੋਂ ਤਾਂ ਅਸੀਂ ਇੱਥੇ ਬਿਆ ਹੋਇਆ ਸੀ ਪਿੰਡ ਦਾ ਰੂੜੇ 'ਤੇ ਸੀ ਅਤੇ ਬਹੁਤ ਜ਼ਿਆਦਾ ਦੁਖਦਾਈ ਘਟਨਾ ਭਾਈ ਅਤੇ ਬਾਕੀ ਦੋ ਸੱਸੀ ਕੋਈ ਕੁੜੀ ਘਰੋਂ ਉਹਨੂੰ ਵੀ ਮਾਰ ਕੇ ਛੇੜ ਕੇ ਅਤੇ ਪਰਮਾਤਮਾ ਬਚਾਵੇ ਉਹ ਵੱਖਰੀ ਗੱਲ ਹੈ ਇਹਦੀ ਹੁਣ ਜਾਂਚ ਕਰ ਰਹੇ ਹੈ ਮੁਲਾਜ਼ਮ ਪੁਲਿਸ ਵਾਲੇ ਕਰਮਚਾਰੀ ਸਾਨੂੰ ਯਕੀਨ ਹੈ ਵਿਸ਼ਵਾਸ ਆ ਵੀ ਇਨਸਾਫ ਦਵਾਉਣਗੇ ਬਾਕੀ ਜਾਣੀ ਜਾਣ ਹੁੰਦੇ ਪੁਲਿਸ ਵਾਲੇ ਬਹੁਤ ਸਮਝਦਾਰ ਨੇ ਕਾਰਨ ਪਤਾ ਲੱਗੇ ਬਾਪੂ ਕਾਰਨ ਭਾਈ ਹੁਣ ਕਹਿ ਨਹੀਂ ਸਕਦੇ ਆਪਾਂ ਹੋਏ ਹੋਏ ਪਤਾ ਲੱਗ ਜਾਊ ਕੋਈ ਪਹਿਲਾਂ ਝਗੜੇ ਝੁਗੜੇ ਵੀ ਹੁੰਦੇ ਰਹੇ ਨੇ ਹੁਣ ਸਿੱਧਾ ਜੇ ਆਪਾਂ ਕਹਿੰਦੇ ਹਾਂ ਕਿਸੇ ਨੂੰ ਥੋੜ੍ਹਾ ਠੀਕ ਨਹੀਂ ਸਰਕਾਰ ਬੜੀ ਸਿਆਣੀ ਹੈ ਸਮਝਦਾਰ ਅਤੇ ਮੁਲਾਜ਼ਮ ਕੋਈ ਆਪਣੀ ਤਾਰੀਖ ਟਿੱਕੀ ਤੱਕ ਜਾਣਗੇ ਸਾਡੀ ਇੱਛਾ ਹੈ ਸਾਡਾ ਵਿਸ਼ਵਾਸ ਹੈ ਬਾਕੀ ਤੌਰ 'ਤੇ ਉਹ ਸਾਨੂੰ ਵਿਸ਼ਵਾਸ ਬਣਾਉਣਗੇ ਇਨਸਾਫ ਦਵਾਉਣਗੇ ਘਟਨਾ ਇਹ ਰਾਤ ਦੀ ਸਾਨੂੰ ਤੜਕੇ ਪਤਾ ਲੱਗਿਆ ਬਾਈ ਮੇਰੇ ਦੋਸਤ ਜਮਾਈ ਨੂੰ ਕਾਜਵਾਈ ਨੂੰ ਫੋਨ ਕਰਿਆ ਫਿਰ ਉਹਨੇ ਆਪਣੇ ਡੈਡੀ ਨੂੰ ਕਰਿਆ ਫਿਰ ਮੈਨੂੰ ਕਰਿਆ ਫਿਰ ਉਹਦੇ ਮਹਾਂ ਵੀ ਜਾਓ ਆ ਗਏ ਫਿਰ ਉਹ ਸਰਪੰਚ ਨੂੰ ਨਾਲ ਲਿਆ ਕੇ ਉਹਨੇ ਬਾਹਰ ਲੱਗੇ ਹੋਏ ਜਿੰਦੇ ਉੱਤੋਂ ਟੱਪ ਕੇ ਫਿਰ ਜਿੰਦਾ ਤੋੜਿਆ ਫਿਰ ਅੰਦਰ ਆਏ ਫਿਰ ਸਰਪੰਚ ਨੇ ਮੁਲਾਜ਼ਮ ਬੁਲਾਏ ਪੁਲਿਸ ਆਏ ਇਹਦੇ ਬਾਰੇ ਅਸੀਂ ਅੰਦਰ ਹੀ ਨਹੀਂ ਗਏ ਬਈ ਸਾਨੂੰ ਪਤਾ ਨਹੀਂ ਕੋਈ ਹੋ ਸਕਦਾ ਉਹ ਕੈਮਰੇ 'ਚ ਪੱਟ ਕੇ ਲੈ ਗਏ ਹੁਣ ਜੋ ਦੇਖਾਂਗੇ ਜਾਂ ਬੱਚਾ ਦੱਸੂਗਾ ਜਾਂ ਕੋਈ ਜਿਹਨੂੰ ਜਾਣਕਾਰੀ ਉਹੀ ਉਹ ਸੋਹਣਾ ਸੋਹਣਾ ਬਣਾਇਆ ਹੋਇਆ ਸੀ ਇਹਨਾਂ ਨੇ ਕਾਫੀ ਅਤੇ ਅੱਗੇ ਹੁਣ ਦੇਖਣ ਤਾਂ ਲੱਗੂ ਆਪਾਂ ਤੁਸੀਂ ਗਲਤ ਕਹਿਣਾ ਠੀਕ ਨਹੀਂ ਯੋਗ ਨਹੀਂ ਗੱਲ ਪਹਿਲਾਂ ਕੋਈ ਧਮਕੀ ਵਗੈਰਾ ਆਈਆਂ ਕਿਸੇ ਤਰ੍ਹਾਂ ਊਂ ਪਤਾ ਝਗੜਾ ਝੁਗੜਾ ਹੋ ਗਿਆ ਸੀ ਆਹ ਗੱਡੀ ਦੇਖੋ ਪਈਆ ਹੋਈ ਲੱਲੇ ਭੱਬੇ ਹੋਏ ਸੀ ਇਹਨਾਂ ਦੇ ਮਾੜੇ ਮੋਟੇ ਕੁਛ ਸਾਡੀਆਂ ਸੂਈਆਂ ਉੱਧਰ ਨੂੰ ਜਾਂਦੀਆਂ ਨੇ ਤਕਰੀਬਨ ਕੀ ਕੰਮ ਕਰਦਾ ਸੀ ਕੰਮ ਤਾਂ ਜੋ ਪਹਿਲਾਂ ਖੇਤੀ ਕਰੀ ਸੀ ਕਿਸਾਨ ਨੇ ਅਤੇ ਹੁਣ ਉਹ ਨਹੀਂ ਕਰਦਾ ਸੀਗਾ ਹੁਣ ਨਹੀਂ ਸੀ ਕਰਦਾ ਉਹ ਅਸੀਂ ਹਟਾ ਤਾਂ ਸੀ ਖੇਤੀ ਨਾ ਕਰਿਆ ਮੈਂ ਝਗੜਾ ਝੁਗੜਾ ਹੋ ਜਾਂਦਾ ਕੋਈ ਹੋਰ ਬਾਗ ਕਾਂਡੇ ਪਿੰਡ ਔਖਾ ਇਹ ਪਹਿਲਾਂ ਝਗੜਾ ਹੋ ਗਿਆ ਸੀ ਇਹਨਾਂ ਨਾਲ ਇਹਨਾਂ ਸਕੇ ਸੁੱਕਿਆਂ ਨਾਲ ਪਾਣੀ ਤਾਂ ਨਹੀਂ ਕਿਸੇ ਹੋਰ ਗੱਲ ਕਿਸੇ ਮੋਟਾ ਮਾਟਾ ਕਿਸੇ ਇਨਸਾਫ ਬਾਰੇ ਕੀ ਕਹਿਣਾ ਇਨਸਾਫ ਸਾਨੂੰ ਭਾਈ ਯਕੀਨ ਹੈ ਸਰਕਾਰ 'ਤੇ ਪੰਜਾਬ ਪੁਲਿਸ 'ਤੇ ਬਿਲਕੁਲ ਸੱਚਾਈ ਕੱਢ ਕੇ ਜੋ ਸਾਨੂੰ ਭਰੋਸਾ ਹੈ ਪੁਲਿਸ 'ਤੇ ਸਰਕਾਰ 'ਤੇ ਮੌਜੂਦਾ 'ਤੇ ਅਫਸਰ ਬਹੁਤ ਚੰਗੇ ਨੇ ਬਹੁਤ ਧੜਕੇ ਰਹੇ ਹੋਏ ਬੇਚਾਰੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਇਨਸਾਫ ਦਵਾਉਣਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ
कि एक इतने सेखा पिंड परिवार है जिदे दो औरतां रहनियां सी जिदे हरबंश कौर उम्र करीब 70 साल उन्हां दी बेटी परमजीत कौर उम्र करीब 35 साल तो परमजीत कौर का हसबेंड जिहड़ा राजवीर सिंह वासी रूड़े के कलां वह भी इन्हां दे घरे बतौर जवाई रहिंदा सी। इन्हां दे रात कल हमला अणपछाते बंदिआं वल्लों तेजधार हथियारां नाल कीता गया तो लुट की घटना नूं अंजाम दिता गया जिहदे विच हरबंश कौर ते उहदी बेटी परमजीत कौर की जिहड़ी है ते राजवीर सिंह जिहड़ा वह गंभीर जख्मी होया उहनूं सिविल हस्पताल बरनाला दाखिल कराया गया। जो राजवीर सिंह है वह दसण मुताबक जिहड़ा कल रात करीब 7-8 अणपछाते बंदिआं वल्लों जिन्हां दे मूँह ढके हुए सी तेज़धार हथियारां नाल घर दे उत्ते हमला करके इन्हां नूं जख्मी करके ते दोनों मां धी दा जिहड़े उन्हां दे लॉकर्स सीगे ते अलमारियां सीगियां उहदे विच कुछ गहने सी जिहड़े वख वख थावां ते रखे हुए उन्हां नूं लै के जिहड़े आ उह फरार हो गए ने। इन्हों का जो आप घर कैमरे लगे हुए सीसीटीवी कैमरे बट जे लोगों ने जिन्होंने वारदात की उन्होंने वालों DVR जो लै गए हैं आप जे आले दुआले के जो सीसीटीवीज लगे हुए हैं उन्होंने उत्ते चैक कर रहे हैं जल्दी मुजरमान जो काबू कर लिया जाएगा। लगे हुए हैं साड़ी सारिया टीमां बना दती ने वक् वक् थावां ते जिहड़ियां चैकिंग कर रही ने साढ़े सारे SHO मौके पर आ गए हैं सीनियर अफसर भी पहुँच गए हैं तो जल्दी इसनों ट्रेस कर लिया जाएगा। राजदीप दे सट्टां हैगियां ने डूंगियां सट्टां ने शार्प सट्टां ने बट खतरे तो बाहर है। सवेरे अर्ली मॉर्निंग साड़ी पुलिस नूं इतलाह मिली सी कि सेखा पिंड जो सदर थाने दे एरिया दे विच पैंदा है उहदे विच एक रीच दी स्पॉट ते असी सानू पता लग्गिया कि इहदे विच जिहड़ा एक इंजर्ड हैगा इत्थे 3 मैंबर्स रहिंदे सीगे फैमिली दे विच एक बजुर्ग माता हैगी एक उहनां दी कुड़ी ते एक उहनां दा जमाई जिहड़ा उन्हां दा सन इन लॉ हैगा वो एडमिटिड हैगा सिविल हॉस्पिटल उहदे तो सानू पता लग्गिया कि रात नूं कोई 11-12 बजे लेट नाइट आवर्स दे विच 7-8 बंदे इत्थे एंटर होए एंटर होण तो बाद उन्होंने इन्हां ते इनफ्लिक्ट कीती इंजरीज़ दे विच जिहड़ी माता सीगी बुजुर्ग माता ते कुड़ी उन्हां नूं इंजरीज़ वध होण कारण दे सकम टू द इंजरीज़ एंड उन्हां ते फिर जिहड़ा जो उन्हां दा सन इन लॉ हैगा जो इत्थे रहिंदा सीगा उन्होंने दस्सिया वी उन्हां नूं भी सट्टां लगियां वो अंडर ट्रीटमेंट हैगे सिविल हॉस्पिटल। उस तो बाद उन्होंने अर्ली आवर्स ऑफ मॉर्निंग अपने घर वालों नूं दस्सिया घर वालों ने इत्थे लोकल पिंड दे विच इतलाह दित्ती इतलाह फिर सानू पुलिस नूं पता लग्गिया तुरंत ही पुलिस नूं पता लगण ते साडी टीम्स इत्थे पहुँच गई साडे सीनियर अधिकारी भी पहुँचे हुए हैं वी हैव फॉर्म्ड सेवरल टीम्स साडी फोरेंसिक ते टैक्नीकल टीम्स भी पहुँची हुई हैं ते कई टीमां इत्थे वॉकआउट कर रही हैं। नहीं जी बड़ी अनफॉर्चुनेट घटना बट जिदा मैं दस्या इनू तवज्जो उन्ना ही मिलेगा जिनी सीरीयस हैगी तो इस करके साडे आला अधिकारी ऑल दी सीनियर ऑफिसर्स आर ऑन दी जॉब स्पेशल टीम्स बन चुकी हैं कुछ लीड सानू मिल भी रहे हैं छेती असी जो भी क्रिमिनल्स हैगे एक्यूज्ड उन्होंने फड़ लांगे। अजे तो जी तुहानू कुछ दसना मुनासिब नहीं होगा बिकॉज मुढ़ली तफ्तीश दे विच जो पता लग रहा है जिदा उन्होंने स्टेटमेंट दिती है तो इत्थे असी कुछ एनालिसिस किया है बट जिदा इहदा क्लीयर होएगी गल तुहाडे नाल सांझी कर। डॉक्टरां ने मां धी नूं तां मृतक ऐलान दिता है जदों कि राजदीप नूं लुधियाणा रैफर कर दिता गया। सूत्रां मुताबक दो धिरां दे विचाले जमीनी विवाद भी चल रहा है जिसके कारण यह घटना वापरी हो सकती है पर फिलहाल पुलिस के वलों इस नूं लैके कोई पुष्टि नहीं हुई है। जवाई जिसने अपने अखी यह सब कुछ देखा ते अपने पिंडे ते यह दर्द हंडाया उसने दस्या कि करीब 8 जाने रात के 11 बजे घर के अंदर दाखिल होंदे ने उसकी पत्नी अते सस के उपर हमला करदे ने अते दोहां दी ही जान लै लैंदे ने। इस तों इलावा कुछ लोगों का कहना है कि मुलजम लुट्ट की वारदात नूं अंजाम देण दे लई ही पहुंचे सन पर यह सारा मामला की है जांच पड़ताल का बनिया हुआ।